ਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਪ੍ਰਸਾਦ ਜਪ ਗੁਰਪ੍ਰਸਾਦ ਜਪ ਆਦਿ ਸੱਚ ਆਦਿ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਕਵਨ ਸੁਮ ਅੱਖਰ ਕਵਨ ਗੁਣ ਕਵਨ ਸੁਮਣਿਆ ਮੰਤ ਕਵਨ ਸੁਵੇ ਸੋਹੋ ਕਰੀ ਜਿਤ ਵਸਿਆ ਮਨ ਜਾਣੇ
Thank you.
सच्चे पातशाह मेरी बख्शिखता मैं निमाना तू बेअंत तेरा अंत ना जाना सच्चे पातशाह मेरी बख्शिखता मैं निमाना तू बेअंत तेरा अंत ना जाना सच्चे पातशाह मेरी बख्शिखता मैं निमाना तू बेअंत तेरा अंत ना जाना सच्चे पातशाह मेरी बख्शिखता मैं निमाना तू बेअंत तेरा अंत ना दीन छोड़ दुनी संग लागा तेरा नाम ना जपिया मैं अभागा दीन छोड़ दुनी संग लागा तेरा नाम ना जपिया मैं अभागा दीन छोड़ दुनी संग संग लागा तेरा नाम ना जपिया मैं अभागा कोई गुण ना पले नरक न मैनू झले पाप कमाना तू बेअंत तेरा अंत ना जाना सच्चे पातशाह मेरी बख्शिखता मैं निमाना तू बेअंत तेरा अंत ना जाना सच्चे पातशाह मेरी बख्शिखता मैं निमाना
ਦਰ ਤੇਰੇ ਸਵਾਲੀ ਜਵਾਬੇ ਮੂੰਹ ਮੰਗੀਆਂ ਮੁਰਾਦਾਂ ਪਾਵੇ ਦਰ ਤੇਰੇ ਸਵਾਲੀ ਜਵਾਬੇ ਮੂੰਹ ਮੰਗੀਆਂ ਮੁਰਾਦਾਂ ਪਾਵੇ ਦਰ ਤੇਰੇ ਸਵਾਲੀ ਪਛਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ ਸੱਚੇ ਪਾਤਸ਼ਾਹ ਮੇਰੀ ਬਖਸ਼ ਕਥਾ ਮੇਰੀ ਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ ਸੱਚੇ ਨਿਮਰਤਾ ਦਾ ਦਰ ਹੈ ਇੱਥੇ ਸੇਵਾ ਸਿਮਰਨ ਪਰ ਉਪਕਾਰ ਕਰਦਿਆਂ ਹੋਇਆਂ ਵੀ ਆਪਣੇ ਗੁਨਾਹ ਹੀ ਬਖਸ਼ਾਉਣੇ ਹਨ ਕਿਸੇ ਜਪ ਤਪ ਦਾ ਇਵਜ਼ਾਨਾ ਨਹੀਂ ਮੰਗਣਾ ਸਾਡੇ ਜਪ ਤਪ ਵੱਡੇ ਨਹੀਂ ਹੇ ਗੁਰੂ ਨਾਨਕ ਤੇਰੀ ਬਖਸ਼ਿਸ਼ ਬਹੁਤ ਵੱਡੀ ਹੈ ਸਾਡੀ ਚੋਲੀ ਛੋਟੀ ਹੈ ਤੇਰੀ ਬਖਸ਼ਿਸ਼ ਬਹੁਤ ਵੱਡੀ ਹੈ ਇਹ ਨਿਰੰਕਾਰ ਅਸੀਂ ਮੰਦੇ ਚੰਗੇ ਜਿਹੋ ਜੇ ਹਾਂ ਤੇਰੇ ਹਾਂ ਜੇ ਆਪਣੇ ਅੰਦਰ ਚਾਤੀ ਪਾ ਕੇ ਵੇਖੀਏ ਸ਼ਾਇਦ ਨਰਕ ਵੀ ਸਾਨੂੰ ਨਾ ਜਲ ਸਕਣ ਪਰ ਤੇਰੀਆਂ ਰਹਿਮਤਾਂ ਵੱਲ ਜਦੋਂ ਵੇਖੀਦਾ ਤੇ ਫਿਰ ਮਨ ਖੇੜੇ ਵਿੱਚ ਆ ਜਾਂਦਾ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ ਤੁਮਰੋ ਬਿਰਦ ਕੋ ਆਸ਼ਰੋ ਸਮਾਰ ਹੋ ਆਸ਼ਰਾ ਬਹੁਤ ਵੱਡਾ ਹੈ ਤੂੰ ਸਾਡਾ ਹੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮੇਰੀ ਬਖਸ਼ ਕਥਾ ਮੈਂ ਨੀ ਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾ ਮੇਰੀ ਬਖਸ਼ਿਕਤਾ ਮੈਂ ਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣਾ
रट के कटी जाए चुरासी नाम जप के तर गए पापी तेरा नाम रट के कटी जाए चुरासी नाम जप के तर गए पापी तेरा नाम जप के कटी जाए चुरासी नाम जप के तल गए पापी तेरा नाम रट के कटी जाए चुरासी नाम जप के विसरना ही दाता बख्शो हर जी दा प्यार दर्श दिखाना तू भी अंत तेरा अंत ना जाना सच्चे बात सारा मेरी बख्श कथा मैं निभाना तू भी अंत तेरा अंत ना जाना 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 अंत ना जाना अंत तेरा तेरा अंत ना जाना तू भी अंत औगने आरे की बेनती तुम सुनो गरीब निवाज जे हों पूत कपूत हों बहुर पिता को लाज हे निरंकार असी चंगे मंदे जे हो जे हां तेरे हां साडे औगण ना चितारी साडे जप तप पुन दान वड्डे नहीं हन हे गुरु नानक तेरी बख्शिश वड्डी है तेरी रहमत वड्डी है भूमिए चोर ते तू कर दीती बख्शिश मेर दी नजर वेख ली ते फिर एक पूर्ण साधु बना दिता असी भी उस पार्टी दे आदमी हां उदो वधीक पापी हां ए निरंकार जिस तरह बख्शे जांदे हां सानू बख्श लै ए गुरु नानक दे दर दी जिन्हां ने भी बख्शिश पानी है भाई निम्रता धारण करनी पवेगी जिन्हां ने गुरु नानक दे घर दा खजाना लुटना है प्राप्त करना है ते भाई फिर निम्रता धारण करनी पवेगी महापुरख बाबा आनंद सिंह जी महाराज सारी सारी रात गुरु ग्रंथ साहिब महाराज की हजूरी विच सिमरन विच जुड़े रहना
ਤੇ ਅੰਮ੍ਰਿਤ ਵੇਲੇ ਫਿਰ ਜਦੋਂ ਅਰਦਾਸ ਕਰਨੀ ਸਾਹਿਬ ਜੀ ਦੇ ਚਰਨਾਂ ਵਿੱਚ ਤਾਂ ਰੋ ਰੋ ਕੇ ਅਰਦਾਸ ਕਰਨੀ ਹੈ ਨਿਰੰਕਾਰ ਜਿਵੇਂ ਸੱਜਣ ਠੱਗ ਨੂੰ ਕੌਡੇ ਰਾਖਸ਼ ਨੂੰ ਭੂਮੀਏ ਚੋਰ ਨੂੰ ਤਾਰਿਆ ਉਸੇ ਹੀ ਪਾਲਟੀ ਦੇ ਆਦਮੀ ਹਾਂ ਉਦੋਂ ਅਧਿਕ ਪਾਪੀ ਹਾਂ ਜਿਸ ਤਰ੍ਹਾਂ ਬਖਸ਼ੇ ਜਾਂਦੇ ਹਾਂ ਹੇ ਨਿਰੰਕਾਰ ਸਾਨੂੰ ਬਖਸ਼ ਲੈ ਇਹ ਸਾਡੇ ਲਈ ਪੂਰਨੇ ਹਨ ਪੂਰਨੇ ਪਾ ਕੇ ਦੱਸੇ ਕਿ ਗੁਰੂ ਕੇ ਸਿੱਖ ਨੇ ਕਿਸ ਤਰ੍ਹਾਂ ਜਪ ਤਪ ਸਿਮਰਨ ਭਜਨ ਕਰਦਿਆਂ ਹੋਇਆ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਹੈ ਤਾਂ ਆਪਣੇ ਗੁਨਾਹ ਬਖਸ਼ਾਉਣੇ ਹਨ ਮਹਾਂਪੁਰਖ ਕਿਹਾ ਕਰਦੇ ਸਨ ਬਾਈ ਜਿਹੜੇ ਗੁਨਾਹ ਦਾ ਤੈਨੂੰ ਪਤਾ ਵੀ ਨਹੀਂ ਨਾ ਉਹਨਾਂ ਦੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮਾਫ਼ੀ ਮੰਗਿਆ ਕਰ ਇੱਕ ਸਾਖੀ ਸੁਣਾਇਆ ਕਰਦੇ ਸਨ ਬਾਬਾ ਜੀ ਕਿ ਇੱਕ ਵੱਡੀ ਸ਼ਿਲਾ ਤੇ ਬੈਠ ਕੇ ਤਪਸਵੀ ਨੇ 100 ਵਰਸ ਸਿਮਰਨ ਕੀਤਾ ਬੰਦਗੀ ਕੀਤੀ ਅਕਾਲ ਪੁਰਖ ਵਾਹਿਗੁਰੂ ਦੀ ਆਵਾਜ਼ ਆਈ ਕਿ ਇਹ ਤਪਸਵੀ ਮੰਗ ਕੀ ਮੰਗਦਾ ਤੇ ਤਪਸਵੀ ਦੇ ਮਨ ਵਿੱਚ ਅਹੰਕਾਰ ਆ ਗਿਆ ਬਈ ਵੇਖੋ ਮੇਰੀ ਤਪੱਸਿਆ ਪ੍ਰਵਾਨ ਹੋ ਗਈ ਹੈ ਤਦੇ ਹੀ ਤਾਂ ਇਹ ਆਵਾਜ਼ਾਂ ਆ ਰਹੀਆਂ ਹਨ ਕਈ ਵਾਰਾਂ ਮਨੁੱਖ ਥੋੜੀ ਜਿਹੀ ਦਾਤ ਵੀ ਪ੍ਰਾਪਤ ਕਰਕੇ ਅਹੰਕਾਰ ਕਰ ਬੈਠੇ ਕਿ ਮੇਰੇ ਵਰਗਾ ਕੌਣ ਹੈ ਪਰ ਯਾਦ ਰੱਖਣਾ ਅਹੰਕਾਰ ਦੀ ਖੁਰਾਕ ਹੈ ਇਹ ਸ਼ੁਭ ਕਰਮਾਂ ਨੂੰ ਖਾ ਜਾਂਦੀ ਹੈ ਜਿਸ ਤਰ੍ਹਾਂ ਨਾਮ ਦੀ ਖੁਰਾਕ ਹੈ ਨਾ ਪਾਪ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਪਰਮੇਸ਼ਰ ਦੇ ਸਿਮਰਨ ਦੀ ਖੁਰਾਕ ਹੈ ਇਹ ਪਾਪਾਂ ਨੂੰ ਖਾ ਜਾਂਦਾ ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਚਲੀ ਜਾਂਦੀ ਹੈ ਪਾਪਾਂ ਨੂੰ ਸਾੜੀ ਤੋਰੀ ਚਲਦੀ ਜਾਂਦੀ ਹੈ ਇਸੇ ਤਰ੍ਹਾਂ ਅਹੰਕਾਰ ਮਨ ਵਿੱਚ ਆ ਗਿਆ ਇਹ ਸ਼ੁਭ ਕਰਮਾਂ ਨੂੰ ਖਾ ਜਾਂਦਾ ਮਨ ਵਿੱਚ ਹੰਕਾਰ ਆ ਗਿਆ ਤਪਸਵੀ ਦੇ ਬਈ ਮੈਂ 100 ਵਰਸ ਤਪ ਕੀਤਾ ਤਦੇ ਤਾਂ ਇਹ ਆਵਾਜ਼ਾਂ ਆ ਰਹੀਆਂ ਕਿ ਮੰਗ ਕੀ ਮੰਗਦਾ ਤਾਂ ਕਹਿਣ ਲੱਗਾ ਜੀ ਮੈਨੂੰ ਮੇਰੀ ਤਪੱਸਿਆ ਦਾ ਫਲ ਦਿੱਤਾ ਜਾਵੇ ਤਾਂ ਨਿਰੰਕਾਰ ਨੇ ਆਖਿਆ ਕਿ ਤਪੱਸਿਆ ਦਾ ਫਲ ਚਾਹੀਦਾ ਜਾਂ ਬਖਸ਼ਿਸ਼ ਚਾਹੀਦੀ ਹੈ ਸੋਚ ਲੈ ਪਰ ਅਹੰਕਾਰ ਦਾ ਪਰਦਾ ਆ ਗਿਆ ਤੇ ਦੁਬਾਰਾ ਵੀ ਆਖਿਆ ਮਹਾਰਾਜ ਮੈਨੂੰ ਮੇਰੀ ਤਪੱਸਿਆ ਦਾ ਹੀ ਫਲ ਦਿੱਤਾ ਜਾਵੇ ਜਦੋਂ ਤੀਸਰੀ ਵੇਰਾ ਵੀ ਇਹੋ ਕੁਝ ਮੰਗਿਆ ਨਾ ਤਾਂ ਜਿਸ ਸਿਲਾ ਤੇ ਬੈਠ ਕੇ ਤਪਸਵੀ ਨੇ ਤਪ ਕੀਤਾ ਸੀ ਨਾ ਉਹ ਸਿਲਾ ਸਰੂਪ ਧਾਰਨ ਕਰਕੇ ਸਾਹਮਣੇ ਅਣ ਖੜੋਤੀ ਹੇ ਨਿਰੰਕਾਰ ਹੇ ਵਾਹਿਗੁਰੂ ਕਿਉਂਕਿ ਹੁਣ ਇਹ ਹਿਸਾਬ ਕਿਤਾਬ ਵਿੱਚ ਪੈ ਗਿਆ ਤਪਸਵੀ ਹਿਸਾਬ ਕਿਤਾਬ ਵਿੱਚ ਹੁਣ ਪੈ ਗਿਆ ਤੇ ਹਿਸਾਬ ਤਾਂ ਕੱਖ ਦਾ ਵੀ ਹੁੰਦਾ ਤੇ ਬਖਸ਼ਿਸ਼ ਮਾਲਕ ਲੱਖ ਦੀ ਵੀ ਕਰ ਦੇਵੇ ਨਾ ਉਹਦਾ ਕੋਈ ਹਿਸਾਬ ਨਹੀਂ ਹੁੰਦਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਲਈ ਹੁਣ ਇਹ ਹਿਸਾਬ ਕਿਤਾਬ ਵਿੱਚ ਪੈ ਗਿਆ ਇਸ ਨੂੰ ਕਵੋ ਪਹਿਲਾਂ ਮੇਰਾ ਹਿਸਾਬ ਚੁਕਾ ਦੇਵੇ ਫਿਰ ਇਹਨੂੰ ਇਹਦੀ ਤਪੱਸਿਆ ਦਾ ਫਲ ਦੇ ਦਿਓ ਕਿਉਂਕਿ 100 ਵਰਸ ਇਹ ਮੇਰੇ ਉੱਪਰ ਬੈਠਾ ਹੁਣ 100 ਵਰਸ ਮੈਨੂੰ ਆਪਣੇ ਸਿਰ ਤੇ ਰੱਖ ਕੇ ਬੈਠੇ ਪਹਿਲਾਂ ਮੇਰਾ ਹਿਸਾਬ ਚੁਕਾਵੇ ਫਿਰ ਇਸਨੂੰ ਇਸਦੀ ਤਪੱਸਿਆ ਦਾ ਫਲ ਦੇ ਦੇਣਾ
ਜਦੋਂ ਇਹ ਸੁਣਿਆ ਤਾਂ ਫਿਰ ਤਪਸਵੀ ਦਾ ਅਹੰਕਾਰ ਦੂਰ ਹੋ ਗਿਆ, ਧਰਤੀ ਤੇ ਵਿਛ ਗਿਆ। ਹੈ ਨਿਰੰਕਾਰ, ਸਾਡੇ ਜਪ ਤਪ ਵੱਡੇ ਨਹੀਂ ਹਨ, ਤੇਰੀ ਬਖਸ਼ਿਸ਼ ਵੱਡੀ ਹੈ, ਤੇਰੀ ਰਹਿਮਤ ਵੱਡੀ ਹੈ। ਤਾਂ ਇਸ ਲਈ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਗੁਰੂ ਅੱਗੇ ਇਹ ਅਰਦਾਸ ਕਰਨੀ ਹੈ। ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨੀ ਅਨੇਕਾਂ ਪਾਪੀ ਤਰ ਗਏ। ਹੈ ਨਿਰੰਕਾਰ, ਕੋਈ ਗਿਣਤੀ ਹੈ? ਆਕਾਸ਼ ਮੰਡਲ ਦੇ ਤਾਰਿਆਂ ਦੀ ਤਾਂ ਕੋਈ ਗਿਣਤੀ ਕਰ ਸਕੇਗਾ? ਸਾਇੰਸਦਾਨਾਂ ਨੇ ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਕਰ ਲਈ ਹੈ, ਪਰ ਹੇ ਗੁਰੂ ਨਾਨਕ, ਜਿਤਨੇ ਤੁਸੀਂ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਿਆ। ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ, ਕਿਤਨੇ ਕੋ ਤੂੰ ਤਾਰੇ ਹਨ, ਤੂੰ ਦਇਆ ਦਾ ਸਮੁੰਦਰ ਹੈ, ਬਖਸ਼ਿਸ਼ਾਂ ਦਾ ਸਾਗਰ ਹੈ। ਤੇ ਜੇ ਏਡੇ ਵੱਡੇ ਸਾਗਰ ਵਿੱਚ ਦੋ ਚਾਰ ਬੇੜੇ ਸਾਡੇ ਪਾਪਾਂ ਦੇ ਡੁੱਬ ਵੀ ਗਏ ਤਾਂ ਤੈਨੂੰ ਕੀ ਫਰਕ ਪਵੇਗਾ? ਇਸ ਲਈ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨੀ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਤੇਰਾ ਅੰਤ ਨਾ ਜਾਣਾ।
ਪਰਮੇਸ਼ਰ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਿਮਰਤਾ ਦਾ ਕਿਨਕਾ ਹੈ ਉਹ ਗੁਰੂ ਕੇ ਦਾਤ ਉਹ ਆਪਣੇ ਜਪਾਂ ਤਪਾਂ ਦਾ ਇਵਜ਼ਾਨਾ ਨਹੀਂ ਮੰਗਦੇ ਗੁਰੂ ਕੋਲੋਂ ਇੱਕ ਪਿਆਰ ਵਾਲੇ ਸੱਜਣ ਵੇਖ ਰਹੇ ਹਨ ਕਿ ਸੰਸਾਰ ਦੇ ਲੋਕ ਆਪਣੇ ਪਰਮੇਸ਼ਵਰ ਨੂੰ ਈਸ਼ਵਰ ਨੂੰ ਵਾਹਿਗੁਰੂ ਨੂੰ ਕੀ ਵਸਤੂਆਂ ਭੇਟਾ ਚੜਾ ਰਹੇ ਹਨ ਕੋਈ ਮਾਇਆ ਦੀ ਭੇਟ ਕਰ ਰਿਹਾ ਕੋਈ ਸੋਨਾ ਭੇਟ ਕਰ ਰਿਹਾ ਕੋਈ ਪਦਾਰਥ ਭੇਟ ਕਰ ਰਿਹਾ ਕੋਈ ਕੁਝ ਕਰ ਰਿਹਾ ਪਰ ਇਸ ਤੇ ਨੈਣ ਕਟੋਰੇ ਭਰ ਆਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕੀਤੀ ਇਸ ਗੁਰਮੁਖ ਨੇ ਆਖਿਆ ਹੈ ਨਿਰੰਕਾਰ ਇਹ ਜੋ ਕੁਝ ਲੋਕਾਂ ਨੇ ਤੈਨੂੰ ਦਿੱਤਾ ਇਹ ਤੇਰੇ ਦਿੱਤੇ ਹੋਏ ਵਿੱਚੋਂ ਦਿੱਤਾ ਤੂੰ ਬਖਸ਼ਿਆ ਝੋਲੀਆਂ ਭਰੀਆਂ ਹਨ ਉਹਦੇ ਵਿੱਚੋਂ ਇਹ ਤੈਨੂੰ ਭੇਟਾ ਕਰ ਰਹੇ ਹਨ ਪਰ ਜੋ ਮੈਂ ਤੈਨੂੰ ਭੇਟ ਕਰਨ ਲਈ ਆਇਆ ਨਾ ਉਹ ਮੇਰਾ ਆਪਣਾ ਹੈ ਉਹ ਕਿਸੇ ਦਾ ਨਹੀਂ ਹੈ ਉਹ ਹਨ ਮੇਰੇ ਬੀਜੇ ਹੋਏ ਪਾਪ ਉਹ ਹਨ ਮੇਰੇ ਕੀਤੇ ਹੋਏ ਗੁਨਾਹ ਜੋ ਮੈਂ ਤੇਰੀ ਭੇਟ ਕਰਨ ਆਇਆ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮੇਰੀ ਬਖਸ਼ਿਖਤਾ ਮੈਂ ਨਹੀਂ ਮਾਣਾ ਤੂੰ ਵੀ ਅੰਤ ਤੇਰਾ ਅੰਤ ਨਾ ਜਾਣਾ ਸੱਚੇ ਪਾਤਸ਼ਾਹ ਮੇਰੀ ਬਖਸ਼ਿਖਤਾ ਤੇਰਾ ਨਾਮ ਨਾ ਜਪਿਆ ਮੈਂ ਅਭਾਗਾ ਦੀਨ ਛੋੜ ਦੁਨੀ ਸੰਗ ਲਾਗਾ ਤੇਰਾ ਨਾਮ ਨਾ ਜਪਿਆ ਮੈਂ ਅਭਾਗਾ ਦੀਨ ਛੋੜ ਦੁਨੀ ਸੰਗ ਰਿਖੀ ਹੋਏ ਹਨ ਸ਼ੂਲੀ ਦੀ ਸਜ਼ਾ ਮਿਲੀ ਇਹਨਾਂ ਨੂੰ ਕੋਈ ਚੋਰ ਚੋਰੀ ਕਰਨ ਜਾ ਰਹੇ ਸਨ ਤੇ ਮੰਨਤ ਮੰਨੀ ਭਾਈ ਚੰਗਾ ਮਾਲ ਹੱਥ ਲੱਗ ਜਾਵੇ ਤਾਂ ਅੱਧਾ ਇਸ ਸਾਧੂ ਨੂੰ ਮੱਥਾ ਟੇਕ ਦੇਵਾਂਗੇ ਚੰਗਾ ਮਾਲ ਹੱਥ ਲੱਗ ਗਿਆ
ਜੋ ਹਿੱਸਾ ਬਣਦਾ ਸੀ ਉਸ ਤਪਸਵੀ ਦੇ ਕੋਲ ਢੇਰੀ ਕਰ ਗਏ ਤੇ ਖੋਜੀਆਂ ਨੇ ਆ ਕੇ ਖੋਜ ਕੱਢਿਆ, ਤਪਸਵੀ ਨੂੰ ਪਕੜ ਲਿਆ, ਮਾਲ ਵੀ ਪਕੜ ਲਿਆ, ਤੇ ਰਾਜੇ ਨੇ ਨਾ ਸੋਚਿਆ ਨਾ ਸਮਝਿਆ ਨਾ ਪੁੱਛਿਆ, ਕਹਿਣ ਲੱਗਾ ਇਹਨਾਂ ਨੂੰ ਸੂਲੀ ਦੀ ਸਜ਼ਾ ਦੇ ਦਿਓ। ਹੁਣ ਮਾਂਡਵ ਰਿਖੀ ਜੀ ਜੋ ਸਾਸ ਗ੍ਰਾਸ ਸਿਮਰਨ ਕਰਨ ਵਾਲੇ ਸਨ, ਵੇਖ ਰਹੇ ਹਨ ਬਈ ਇਹ ਕਿਹੜੇ ਪਾਪ ਦਾ ਫਲ ਮਿਲ ਰਿਹਾ। ਇਸ ਜਨਮ ਵਿੱਚ ਤਾਂ ਕਿਸੇ ਦਾ ਦਿਲ ਨਹੀਂ ਦੁਖਾਇਆ, ਪਾਪ ਨਹੀਂ ਕੀਤਾ, ਉਦੋਂ ਪਿਛਲਾ ਜਨਮ ਵੇਖਿਆ, 100 ਜਨਮ ਤੱਕ ਆਪਣਾ ਵੇਖਦੇ ਗਏ ਬਈ ਕਿਹੜੇ ਜਨਮ ਦਾ ਪਾਪ ਸਾਹਮਣੇ ਆ ਗਿਆ। ਕੋਈ ਪਾਪ ਨਹੀਂ ਕੀਤਾ, ਹੇ ਨਿਰੰਕਾਰ ਤੇਰੇ ਘਰ ਵੀ ਅਨਿਆਏ ਹੈ, ਮੈਂ ਤਾਂ ਕੋਈ ਪਾਪ ਹੀ ਨਹੀਂ ਕੀਤਾ, ਫਿਰ ਸੂਲੀ ਦੀ ਸਜ਼ਾ। ਤਾਂ ਨਿਰੰਕਾਰ ਨੇ ਆਖਿਆ, ਰਿਖੀ 101 ਜਨਮ ਵੇਖ, ਤੈਨੂੰ ਆਪੇ ਹੀ ਪਤਾ ਲੱਗ ਜਾਏਗਾ। 101 ਜਨਮ ਜਦੋਂ ਰਿਖੀ ਨੇ ਵੇਖਿਆ ਕੀ ਤੱਕਿਆ, 5 ਦਾ ਬਾਰਕ ਹੈ ਤੇ ਅੱਕ ਟਿੱਡੇ ਨੂੰ ਕਿੱਕਰ ਦੀ ਸੂਲ ਦੇ ਵਿੱਚ ਪਰੋ ਕੇ ਖੇਡ ਰਿਹਾ। ਅੱਕ ਟਿੱਡਾ ਹੁੰਦਾ, ਉਹਨੂੰ ਪਰੋ ਕੇ ਤੇ ਖੇਡ ਰਿਹਾ, ਉਹਦੀ ਜਾਨ ਨਿਕਲ ਰਹੀ ਹੈ, ਉਹਦੀ ਖੇਡ ਹੋ ਰਹੀ ਹੈ। ਆਖਿਆ ਇਹ ਉਹ ਪਾਪ ਅੱਜ ਤੇਰੇ ਸਾਹਮਣੇ ਆ ਗਿਆ, ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਜਿਹੜੇ ਤੈਂ ਪਾਪ ਨਹੀਂ ਵੀ ਕੀਤੇ ਨਾ, ਉਹਨਾਂ ਦੀ ਵੀ ਗੁਰੂ ਦੇ ਚਰਨਾਂ ਵਿੱਚ ਆ ਕੇ ਮਾਫੀ ਮੰਗਿਆ ਕਰ, ਕਿਉਂਕਿ ਗੁਰੂ ਦਾ ਦਰ ਬੜਾ ਬਖਸ਼ਿੰਦ ਦਰ ਹੈ। ਇਸ ਲਈ ਅਸੀਂ ਸਦਾ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਵਿੱਚ, ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਜੀ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਤੁਸੀਂ ਬਖਸ਼ ਲਿਓ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, 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 ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਚਿੱਤ ਨਾ ਧਰੋ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਸੀਂ ਬਖਸ਼ ਲੈ ਹੋ ਮਹਾਰਾਜ ਔਗਣ ਮੇਰੇ ਕਿਤਨਾ ਕਰੋ ਪਾਤਸ਼ਾਹ ਮੇਰੀ ਬਖਸ਼ ਖਤਾ ਮੈਂ ਨੀ ਮਾਣਾ ਤੂੰ ਵੀ ਅੰਤ ਤੇਰਾ ਅੰਤ ਨਾ ਜਾਣਾ ਤੂੰ ਵੀ ਅੰਤ ਤੇਰਾ ਅੰਤ ਨਾ ਜਾਣਾ ਤੂੰ ਵੀ ਅੰਤ ਤੇਰਾ ਅੰਤ ਨਾ ਜਾਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮ ਜਹਾਂ ਜਹਾਂ ਰੱਖੇ ਜਿਉਂ ਜਿਉਂ ਤੇਰਾ ਹੁਕਮ
ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪ
अपना जान करो प्रत पारा हमरे दुष्ट सब है तुम कावो आप हाथ दे मोए बचाओ सुखी बसे मोरो परवारा सेवक सिख सब है करतारा मोर अच्छा निज कर दे करिए सब पैरन को आज संगरिए पूरन होए हमारी आशा और भजन के रहे पे आशा तुम्हें छाड़ कोई और ना क्याओ जो पर चाओ सो तुम ते पाओ सेवक सिख हमारे तारी है जन सत्र हमारे मारी है आप हाथ दे मुझे उभरी है मर्ण काल का त्रास नवरी है पूजो सदा हमारे पछा सरियस तुझ जो करियो रचा राख लियो मुझे राखन हार साहिब संत साहिब प्यारे दीन बांध दुष्टन के हंदा हो पुरी ततर दस पंता काल पाए ब्रह्मा बप तरा काल पाए सब जो अवतरा काल पाए कर विषण प्रगासा सकल काल का किया तमासा जवन काल जो की शिव कियो वेद राज ब्रह्मा जो थियो जवन काल सब लोक सवारा नमस्कार है ताए हमारा जवन काल सब जगत बनायो देव दैत जग छनि उपजायो आद अंत के अवतारा सोई गुरु समझो हमारा नमस्कार तिस ही को हमारी सकल प्रजा जिने आप सवार सेवकन को शिव गुण सुख दियो सतरन को पल मोहबत कियो कट कट के अंतर की जानत भले बुरे की पीर पछानत चीटी ते कुंजर अस्तोला सब पर कृपा दृष्ट कर भोला संतन दुख पाए ते दुखी सुख पाए साधन के सुखी एक एक की पीर पछान कट कट के पट पट के जान जब उदकर्क करा कर तारा प्रजा तर्क तब दे अपारा जब अकर्क करत कब सब जेते बदन श्रेष्ठ सब धार आप आपने बोझ उतार तुम सब ही ते रहत निरालम भेद भेद अरे आलम निरंकार निर्विकार निर्लंब आज अनिल अनाद असंभ ताका मूढ़ उचार तो भेदा जाको पेव न पाप तो भेदा ताको कर पान अनुमान महा मूढ़ कछ भेद न जान महा देव को कह तु सदा शिव निरंकार का चिन्हत न पेव आप अपनी बुद्ध है जेती तो पिन पिन तो तेती तुमरा लखा न जाए पसारा कुछ सजा प्रथम संसारा एक रूप अनूप स्वरूपा रंग पयोरा व कई पोपा अंडज जेरज से तज कीनी कुछ खान बहो रच देने कहूं कुल राजा अब बैठा समट प्यो संकर फैठा सगरी श्रेष्ठ दिखाए अचंभव आद जुगाद स्वरूप से अंबव अब रक्षा मेरी तुम करो सुख संगरो दुष्ट जिते उठवते उत पाता सकल मलेश करो रण काता जे अस तुझ तब सरणी पर के दुष्ट दुख तो हव मरे उर्क जवन पग परे तिहारे इनके तुम संकट सब तारे
ਜੋ ਕਲ ਕੋ ਇੱਕ ਬਾਰ ਤਿਆ ਹੈ ਆਕੇ ਕਾਲ ਨਿਕਟਨੇ ਐ ਹੈ ਰੱਛਾ ਹੋਈ ਤਾਇ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ ਸੰਜਾਇ ਨਿਹਰੋ ਆਕੇ ਤਾਪਤ ਨਗਮੋ ਹਰੋ ਔਰੇ ਤੁਸੀਂ ਕਰਮ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਪਾਸ ਤੇ ਤਾਇ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੇ ਲਿਓ ਵਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੇ ਲਿਓ ਵਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਗ ਤਨ ਪਰਿਵਾਰ ਭਰੀਆਂ ਸਬਦ ਗਾਵਨੇ ਆਈਆਂ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਤ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨਾਂਗਲ ਸਮਰਥ ਸਵਾਮੀ ਸੁਖ ਮਨੋ ਵਿਸਾਰੇ ਸਾਥੀ ਸਾਹਿਬਾ ਕਿਆ ਨਹੀਂ ਕਰ ਤੇਰੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ ਨਾਮ ਮੇਰਾ ਆਧਾਰੋ ਕਰ ਸਾਂਤ ਸੁਖਮਨ ਆਯੁਸਿਆ ਜੇ ਨਿਛਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਜੇ ਕੀਤੇ ਕਾਲ ਕੰਡ ਕੁਮਾਰਿਆ ਕਹੇ ਨਾਨਕ ਤੈ ਸਕੋ ਅਤ ਕਰਨ ਦਵਾਜੀ ਪਰ ਬ੍ਰਹਮ ਪ੍ਰਪਾਇਆ ਤ੍ਰੈ ਸਗਲੇ ਵਸੂਰੇ ਸੰਤ ਸਜਣ ਪੈ ਸਰਸੇ ਪੂਰੇ ਗੁਰ ਕੇ ਜਾਣ ਸੁਣਤੇ ਕਹਤੇ ਪਵੇ ਸਤਿਗੁਰੁ ਰਹਾ ਪਰ ਪੂਰੇ ਅੰਤ ਨਾਨਕ ਗੋਰੇ ਚਰਨ ਲਾਗੇ ਚਰਨ ਲਾਗੇ ਗੋਰੇ ਚਰਨ ਲਾਗੇ ਵਾਜੇ ਅਨਹਦ ਤੂੰ ਜੀ ਆਨੰਦ ਸੁਣੋ ਵਡ ਭਾਗੀਓ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹੈ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਭੁੱਲਾ ਚੁੱਕਾਂ ਦੀ ਕਿਵਾਂ ਬਖਸ਼ਣੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ੁਕਰਾਨਾ ਸ਼ੁਕਰਾਨਾ ਕਰੇ ਸ਼ੁਕਰਾਨਾ ਸਿਰ ਤਰ ਮਨ ਕਰੇ ਸ਼ੁਕਰਾਨਾ 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 ਜੈ ਗੁਰੂ ਜੀ ਕੀ। ਅਬ ਹਮ ਮੰਤਰ ਜਾਪ ਕਰੇਂਗੇ। ਸ਼ਿਵ ਜੀ ਸਦਾ
जय गुरु जी की।